अस्सलाम वालेकुम जी, वेलकम टू अदर इन न्यू व्लॉग। आज का व्लॉग स्टार्ट करता है आपका भाई, शॉर्टकट मिनी व्लॉग बनाऊंगा। के इस वक्त आपको पता आपका भाई रंगले पंजाब में है। रंगले पंजाब में गर्मी बहुत ज़्यादा है, दर्जा हरारत के 55, 56, 78, 90, 90, 20 जनाबी। ये बाबूराव का स्टाइल है, तू ले दावा। दर्जा हरारत चल रहा वा, तो व्लॉग बड़े घट बन रहे हैं क्योंकि गर्मी ना बाहर निकल नहीं हो रहा। माड़ी किस्मत उर्दू बिच पंजाबी, क्या बात है, कलेजी ठंड पाई तुरी होना वा। तो बाबा जी बाहर निकले हैं तो नाल अपने आ लखन साहब आ, नाल अपने राणा मैरी साहब आ, ਜਿਹ ਜਿਹਾ ਮੈਂ ਆਪ ਉਹ ਜਿਹੇ ਨਾਲ ਯਾਰ ਹੋਣੇ ਚਾਹੀਦੇ, ਸਮਝਾ ਕਰੋ, ਟਰਾਈ ਟੂ ਅੰਡਰਸਟੈਂਡ ਅਤੇ ਲਿਸਨ ਟੂ ਮੀ ਓਨਲੀ ਫੋਕਸ, ਮਾੜੀ ਜ਼ਬਾਨ ਪਰ ਯਕੀਨ ਕਰੋ ਥੋੜ੍ਹਾ ਜਿਹਾ। ਸ਼ਾਮੀ ਬਾਹਰ ਨਿਕਲੇ ਹਾਂ, ਇੱਕ ਹੁੰਦਾ ਚੋਰੀ ਕਰਨਾ, ਚੋਰੀ ਕਰਕੇ ਕੋਈ ਸ਼ੈ ਖਾਣਾ, ਚੋਰੀ ਕੋਈ ਸ਼ੈ ਕਰਕੇ ਖਾਣਾ ਗੁਨਾਹ ਵਾ, ਲੇਕਿਨ ਚੋਰੀ ਹੁੰਦੀ ਰਾਤ ਨੂੰ, ਜਿਹੜੀ ਰਾਤ ਨੂੰ ਕੀਤੀ ਜਾਵੇ ਉਹ ਚੋਰੀ ਆ, ਅਤੇ ਦਿਨੇ ਕੋਈ ਸ਼ੈ ਖਾਈ ਜਾਵੇ ਨਾ ਤੋੜ ਕੇ ਕਿਸੇ ਦੀ, ਉਹ ਚੋਰੀ ਨਹੀਂ ਹੁੰਦੀ ਮੇਰੇ ਖਿਆਲ 'ਚ। ਹਾਂ ਰੱਖ ਲੈ, ਇੱਦਾਂ ਹੀ ਪੱਕੀ ਗੱਲ ਆ, ਜੇ ਫੜ ਲੈ ਫੜ, ਹੱਥੇ ਬਹੁਤ ਭੀੜ ਨੇ ਉਹਨਾਂ ਨੇ। ਅੱਛਾ, ਤੇ ਸਾਡਾ ਦੇਣ ਆ ਕੋਈ ਨਾ, ਹੁਣ ਮਤਲਬ ਕਿ ਜਿਸ ਅੰਬ ਵਾ, ਅੰਬ ਖਾਈਏ ਤੇ ਆੜੂ ਆ, ਤੇ ਆੜੂ ਤੋੜ ਕੇ ਖਾਈ, ਕਿਉਂਕਿ ਦੇਣਾ ਚਿੱਟਾ ਦੇਣਾ, ਇਹ ਤੇ ਚੋਰੀ ਥੋੜੀ ਆ। ਸਰਿਆਮ ਤੋੜ ਕੇ ਬਹਿ ਕੇ ਉੱਥੇ ਖਾਵਾਂਗੇ, ਤੇ ਚੋਰੀ ਥੋੜੀ ਹੋਣੀ ਆ, ਸਰਿਆਮ ਹੀ ਖਾ ਸਕਦੇ, ਤਾਕਤ ਕਵਾਂਗੇ ਭਾਈ ਤੁਹਾਡੇ ਖਾ ਰਹੇ ਸੀ। ਰੰਗਲੇ ਪੰਜਾਬ ਦੇ ਵਿੱਚ ਇੱਦਾਂ ਹੁੰਦਾ ਵਾ, ਇਹ ਕੋਈ ਹੁਣ ਇਸਲਾਮਾਬਾਦ ਜਾਂ ਲਾਹੌਰ ਤਾਂ ਹੈ ਨਹੀਂ ਵੀ ਇੱਥੇ ਰੇਹੜੀਆਂ ਤੋਂ ਮੁੱਲ ਲੈ ਕੇ ਖਾਈਏ, ਉਹ ਖਾਣ ਦਾ ਸਵਾਦ ਨਹੀਂ ਹੁੰਦਾ। ਰੰਗਲੇ ਪੰਜਾਬ ਵਿੱਚ ਇਸ ਤਰ੍ਹਾਂ ਨਾ, ਆਹ ਦੇਖੋ ਸਭ ਓਪਨ ਮੌਲ ਆ, ਓਪਨ ਮੌਲ ਤੁਹਾਨੂੰ ਦੱਸਣਾ ਮੈਂ ਜਾ ਕੇ ਹੁਣ ਸਾਰਾ, ਨਾਲੇ ਅਸੀਂ ਖਾਣੇ ਥੋੜ੍ਹਾ ਜਿਹਾ, ਨਾਲ ਤੁਹਾਨੂੰ ਦੱਸਣੇ ਕਿਵੇਂ ਤੋੜ ਕੇ ਕਿਵੇਂ ਖਾਈਦਾ। ਬਹੁਤ ਲੱਗੀ ਮਿੰਟ ਮਾਰ। ਅੱਛਾ ਚਲੋ ਫਿਰ ਤੇਜ਼ ਚਲੋ, ਚਲੋ ਤੋੜ ਕੇ, ਆਪ ਭੁੱਖ ਬਹੁਤ ਲੱਗੀ ਯਾਰ। ਚਲੋ ਚਲੋ ਚਲੋ। ਓ ਬਾਬਾ ਜੀ, ਇਟਸ ਬਿਊਟੀਫੁਲ ਵਿਊ ਇਨ ਮਾਈ ਵਿਲੇਜ। ਓਏ ਹੋਏ ਹੋਏ, ਤੁਹਾਡਾ ਭਰਾ ਕਾਠਾ ਅੰਗਰੇਜ਼ ਨਜ਼ਰ ਆਈ, ਆਏ ਹਾਏ ਹਾਏ। ਓਪਨ ਮੌਲ ਆ ਗਿਆ, ਕੀ ਨੀ ਕਹਿੰਦੇ ਇਹਨੂੰ, ਓਪਨ ਮੌਲ ਆ, ਸਾਹਮਣੇ ਦਰਖਤ ਵਗੈਰਾ ਲੱਗੇ ਆ। ਤੁਹਾਡਾ ਭਰਾ ਤੁਹਾਨੂੰ ਹੁੰਦਾ ਹਰਸ਼ ਹੈ, ਇਹਦਾ ਨਾ ਸਰ, ਇਹ ਰੰਗਲਾ ਪੰਜਾਬ ਓਪਨ ਮੌਲ ਆ ਸਾਰਾ ਹੀ ਮਹਿਬੂਬ। ਹਾਂ ਆ ਪਰ ਮੂੰਗ ਰਿਹਾ ਅੰਨਾ, ਕਾਲ ਡੋਡੇ ਆ, ਗਰਮੀ ਪਈ ਨਹੀਂ ਆ, ਜੇ ਪੈਣੀ ਆ ਗਰਮੀ, ਮੂੰਗ ਰਿਹਾ ਉਹ ਤੇਲ ਆ, ਤੇਲ ਮੂੰਗ ਰੇ ਪਤਾ ਕਿਹੜੇ ਹੁੰਦੇ ਆ, ਉਹ ਸਬਜ਼ੀ ਹੁੰਦੀ ਖਾਣ ਵਾਲੇ ਲੱਖਣਾ, ਮੂੰਗ ਰੇ ਆ ਦੇਖ ਆ, ਮੈਨੂੰ ਤੂੰ ਪਾਗਲ ਸਮਝਿਆ ਯਾਰ, ਫਿਰ ਉਹ ਗੱਲਾਂ ਕਰਦਾ ਯਾਰ ਤੂੰ, ਉਹ ਤੇਰੀਆਂ ਅੱਖਾਂ ਕਾਲ, ਇਹਨੂੰ ਸਮਝਾ, ਇਹਨੂੰ ਸਮਝਾ ਕੇ ਦੱਸ ਇਹਨੂੰ ਕੀ ਆ ਇਹ, ਇਹ ਤੇਲ ਆ ਤੇਲ, ਅੱਖਾਂ ਖੋਲ ਕੇ ਵੇਖ, ਥੱਲੇ ਥੱਲੇ ਬੈਗ ਵੇਖ, ਤੇਲ ਹਾਂ ਸਰੋਂ ਦਾ ਤੇਲ ਨੀ, ਤੇਲ 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 ਓਪਨ ਮੌਲ ਆ ਗਿਆ, ਓਪਨ ਮੌਲ ਰੰਗਲੇ ਪੰਜਾਬ ਦਾ, ਅਸੀਂ ਉਧਰ ਨੂੰ ਜਾ ਰਹੇ ਹੁਣ। ਉਹ ਸਾਹਮਣੇ ਅੰਬ ਵੀ ਲੱਗੇ ਆ, ਨਾਲ ਉੱਥੇ ਆੜੂ ਲੱਗੇ ਹੋਏ ਆ, ਨਾਲ ਲੱਗੇ ਆ ਕੱਚੇ ਕੇਲੇ, ਕੇਲੇ ਵੀ ਆਹੋ ਕੱਚੇ ਕੱਚੇ। ਭਾਜੀ ਅਸੀਂ ਪਹੁੰਚ ਗਏ ਸਾਹਮਣੇ ਦਰਖਤ ਆ, ਇਹ ਵਾ ਜਾਮਣ ਦਾ, ਲੇਕਿਨ ਜਾਮਣ ਹਜੇ ਲੱਗੇ ਨੀ, ਮਤਲਬ ਛੋਟੇ ਆ। ਉਸ ਤੋਂ ਬਾਅਦ ਸਾਹਮਣੇ ਆ ਗਿਆ ਵਾ ਅਨਾਰ, ਤੰਬਾਹੁਣੇ ਅਨਾਰ ਲੱਗੇ ਹਾਂ ਮਹਿਬੂਬ। ਹਾਂ ਅੰਬ ਕਿੱਡੇ ਕਿੱਡੇ ਵੱਡੇ, ਉਹ ਤੇਰੇ ਮੈਂ ਖੂਤ ਜੇ ਮਾਰਨੀ, ਇਹ ਤੈਨੂੰ ਅੰਬ ਆ ਦੱਸਿਓ ਯਾਰ, ਅੰਬ ਆ ਯਾਰ, ਆ ਵੇਖ ਕੀ ਅੰਬ ਆ, ਦੇਖਦਾ ਨੀ, ਨਾਰ ਆ ਨਾਰ, ਅੱਖਾਂ ਖੋਲ ਕੇ ਵੇਖ, ਓਏ ਅਨਾਰ ਅੱਖਾਂ ਖੋਲਾ, ਪਾਗਲ ਆ ਯਾਰ, ਫਿਰ ਤੁਸੀਂ ਕਿਹਦੇ ਨਾਰ ਆ, ਅੱਖਾਂ ਖੋਲ ਕੇ ਵੇਖ ਕੀ ਆ, ਓਏ ਯਾਰ ਅੰਬਾ ਯਾਰ ਅੰਬਾ, ਓਏ ਅੰਬ ਪਤੰਦਰਾ ਉਧਰ ਲੱਗੇ ਆ, ਇਹਨੂੰ ਲੱਗਦਾ ਗਰਮੀ ਜਾ, ਕੰਟਰੋਲ ਜਾ ਉਧਰ ਜਾ, ਉਹ ਤੈਨੂੰ ਉਧਰ ਲੈ ਕੇ ਜਾ। ਅੱਛਾ ਜੀ, ਇਹ ਆ ਗਈ ਹੈ, ਦਿਸ ਇਜ਼ ਕਪਾਸ, ਕਪਾਸ ਕੇ ਜਿਹਦੇ ਆਪਾਂ ਕੱਪੜੇ, ਤੁਹਾਡਾ ਪੁਰਾਣੀ ਨਾ ਕੱਪੜੇ ਪਾਉਂਦਾ, ਇਹ ਉਹ ਕਪਾਸ ਆ, ਇਹ ਜਾਂਦੀ ਫੈਕਟਰੀ ਵਿੱਚ, ਉੱਥੋਂ ਜਾ ਕੇ ਅੱਗੇ ਦਾ ਧਾਗਾ ਛਾਗਾ ਬਣਦਾ, ਫਿਰ ਕੱਪੜਾ ਬਣਦਾ, ਤੇ ਇਹ ਸਾਰੇ ਅਨਾਰ ਆ, ਆਲੂ ਬਖਾਰੇ ਲੱਗੇ, ਉਹ ਯਾਰ ਆ ਕਿੱਥੋਂ ਚੱਕ ਲਿਆਂਤਾ, ਉਹ ਸੰਦ ਕਿਆ ਪੱਕੇ ਹੁੰਦੇ ਤਾਂ ਆਪਾਂ ਜ਼ਰੂਰ ਖਾਣੇ ਸੀ। ਚਲੋ ਅੱਗੇ ਚੱਲਦੇ ਹਾਂ, ਹੁਣ ਦੇਖਦੇ ਅੱਗੇ, ਇਹਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ,
ਅੱਗੇ ਦੇਖੋ ਸਾਨੂੰ ਕੀ ਕੀ ਮਿਲਦਾ ਜੀ। ਆਹ ਸਾਹਮਣੇ ਖਜੂਰ ਦਾ ਬਟਨ ਆ ਗਿਆ, ਬਟਨ ਕਹਿਤਾ, ਦਰਖਤ ਆ ਗਿਆ। ਕੀ ਬੋਲੇ ਤੂੰ? ਅਮਰੂਦ, ਦਿਸ ਇਜ਼ ਬਨਾਨਾ। ਓ ਮਾਰੀ ਕਸਮ, ਬਨਾਨਾ ਅੱਗੇ ਲੱਗਿਆ, ਇਹ ਅਮਰੂਦ ਆ ਗਿਆ। ਰੰਗਲੇ ਪੰਜਾਬ 'ਚ ਸਭ ਓਪਨ ਮਾਹੌਲ ਆ, ਤਾਂ ਨਜ਼ਰ ਆ ਰਿਹਾ ਨਾ ਅਮਰੂਦ ਆ, ਵੇਖੋ ਛੋਟੇ ਛੋਟੇ ਆ, ਜੇ ਹੁੰਦੇ ਪੱਕੇ ਤਾਂ ਇਹ ਆਪਾਂ ਖਾ ਲੈਣੇ ਸੀ, ਠੀਕ ਹੈ ਜੀ। ਤੇ ਫਿਰ ਅੱਗੇ ਜਾਮਨ ਦਾ ਦਰਖਤ ਆ ਗਿਆ, ਜਾਮਨ ਤੋਂ ਬਾਅਦ ਅੱਗੇ ਫਿਰ ਅੱਗੇ ਕੀ ਓਪਨ ਮਾਹੌਲ, ਰੰਗਲੇ ਪੰਜਾਬ ਕੇਲੇ ਆ ਗਏ। ਓਏ 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 ਛੱਡ ਦੇ ਜਾਣੇ ਦੀ ਯਾਰ, ਕੀ ਚਮੜਾ ਮਾਰੀ ਜਾਂਦਾ ਵਾ, ਓਏ ਕੇਲੇ ਆ ਲੀਰਾਂ ਦੇ ਆ ਕੇ, ਇਸ ਕੀ ਮਾਂ ਕਾ ਭੋਲਾ ਚਿਹਰਾ, ਕੇਲੇ ਆ ਯਾਰ, ਕੇਲੇ ਇਦਾਂ ਦੇ ਹੁੰਦੇ ਆ, ਓਏ ਵੇਖ ਲੰਮੇ ਲੰਮੇ, ਕੀ ਕਿਸੇ ਕੇਲਾ ਨਹੀਂ ਖਾਦਾ, ਓਏ ਸੇਬ ਆ ਯਾਰ, ਸੇਬ ਆ, ਕੇਲੇ ਕੇਲੇ ਲੈ ਆਉਂਦਾ, ਜਾ ਚੱਲ ਜਾ ਪਰੇ, ਓ ਯਾਰ ਲੈ ਜਾ ਫੜ ਕੇ ਕਿਸੇ ਪਾਸੇ ਯਾਰ, ਕੀ ਚਮੜਾ ਮਾਰੀ ਜਾਂਦਾ ਵਾ, ਓਏ ਇਹਨੂੰ ਆੜੂ ਆੜੂ ਤੋੜ ਕੇ ਖਵਾ ਯਾਰ, ਯਾਰ ਕੀ ਕਸਮ ਦਾ ਮੈਚ, ਕਿੱਥੋਂ ਚੱਕ ਲਿਆਂਦਾ ਬੰਦਾ, ਐ ਵਾ ਜੀ ਦਿਸ ਇਜ਼ ਕੇਲੇ, ਰੰਗਲਾ ਪੰਜਾਬ ਓਪਨ ਮਾਲ, ਐ ਆ ਗਿਆ ਜੀ ਤੁਹਾਡੇ ਆੜੂ, ਐ ਦਿਨਿਆ ਵੇਖਣਾ, ਐ ਵੈਸੇ ਨਿੰਬੂ ਆ ਗਏ, ਨਿੰਬੂ ਲੱਗੇ ਨਹੀਂ ਲੱਗੇ, ਨਿੰਬੂ ਨਹੀਂ ਲੱਗੇ, ਹਾਂ ਕੱਚੇ ਪੱਕੇ ਆ, ਐ ਐ ਵਾ ਆ ਖਾ ਆੜੂ, ਹੋਰ ਕੀ ਆ, ਆੜੂ ਨਹੀਂ ਆ, ਖਰਬਾਨੀ ਆ, ਓ ਜਾ ਯਾਰ ਹੁਣ ਮੈਂ ਠਾ, ਚੁੱਪ ਉਠਾ ਲੈ ਰੇ ਦੇਵਾ, ਉਠਾ ਲੈ ਰੇ ਭਾਬਾ, ਚੁੱਪ, ਮੈਂ ਵੀਡੀਓ ਬਣਾ ਲੈਂਦੇ ਮਾੜੇ, ਨਜ਼ਰ ਆ ਰਹੇ ਵੇਖੋ ਕਿੰਨੇ ਆੜੂ ਲੱਗੇ, ਤੁਹਾਡਾ ਭਰਾ ਵੀ ਜ਼ਰਾ ਤਾਜ਼ਾ ਫਰੈਸ਼ ਤੋੜੇਗਾ, ਕਿਹੜਾ ਤੋੜੀ, ਆਹ ਤੋੜੀ, ਆਹ ਤੋੜਿਆ, ਆਹ ਤੋੜ ਕੇ ਆ ਫੜੀ ਮਾੜਾ, ਮੈਂ ਕੈਮਰਾ ਫਿਰ ਫੜੀ, ਇਹ ਦੇਵਰੇ, ਇਹ ਆ ਹਾ ਹਾ ਵਾਹ ਵਾਹ ਮਜ਼ਾ ਆਇਆ, ਲਾਲ ਸੁਬਾ ਰੰਗਲੇ ਪੰਜਾਬ 'ਚ ਆਹੀ ਮੌਜਾਂ ਵਾ, ਸ਼ਹਿਰਾਂ 'ਚ ਮੁੱਲ ਲੈ ਕੇ ਚੀਜ਼ ਖਾਣੀ ਪੈਂਦੀ ਆ, ਆ ਰਿਹਾ ਇੱਥੇ ਰੰਗਲੇ ਪੰਜਾਬ ਵਿੱਚ ਆੜੂ, ਅੱਗੇ ਮੈਂ ਦਰਖਤ ਲੱਗਿਆ ਹੋਇਆ, ਚੱਲ ਕੋਈ ਛੈਨ ਡਿੱਗੀ, ਇੱਕੋ ਦਰਖਤ ਲੱਗਿਆ ਆੜੂਆਂ ਦਾ, ਪਰ ਹੋਏ ਗੁਲਾਬ ਜਿਹਾ ਤੋੜਨ ਦੇ ਮੈਨੂੰ, ਪਰ ਕੀ ਆ ਕੈਮਰਾ ਮਾਰੀ, ਉਹ ਖਰਾਬ ਹੈ, ਦੇਖ ਆਈ ਦੇਖ ਕੇ, ਕਿਸਮਤ ਹੀ ਖਰਾਬ ਆ, ਉਹ ਇੱਧਰ ਕਿੱਡੇ ਵੱਡੇ ਵੱਡੇ ਲੱਗੇ ਹੋਏ, ਆ ਪੱਕਾ, ਹਾਏ ਹਾਏ ਹਾਏ, ਹਾਂ ਉਹ ਤੈਨੂੰ ਵਾਕਿਆ ਗਰਮੀ ਚੜੀ ਹੋਈ ਹੈ, ਚੱਲ ਕੋਈ ਨੀ ਬਾਬਾ ਜੀ, ਇਹ ਵੀ ਆੜੂ ਆ, ਠੀਕ ਆ, ਅੱਗੇ ਉਹ ਜਾਮਨ ਲੱਗੇ ਆ, ਉਹ ਉੱਧਰ ਅੰਬ ਵੀ ਲੱਗੇ ਹੋਏ ਆ, ਲੇਕਿਨ ਅੰਬ ਆਪਾਂ ਖਾਣੇ ਨੂੰ, ਹੁਣ ਸ਼ਾਮ ਹੋ ਗਈ ਆ, ਘਰ ਚੜੀਏ ਅਤੇ ਆਹ ਖਾਈਏ, ਖਾ ਕੇ ਤਾਂ 9-11 ਹੋਈ ਹੈ, ਮੈਂ ਤੈਨੂੰ ਕੋਈ ਤੋੜਿਆ ਨਹੀਂ, ਲਵ ਯੂ, ਚਲੋ ਜੀ ਉਮੀਦ ਕਰ ਲਾਂਗੇ ਤੁਹਾਨੂੰ ਸਾਡਾ ਛੋਟਾ ਮਿਨੀ ਵਲੌਗ ਪਸੰਦ ਆਇਆ ਹੋਣਾ, ਆੜੂ ਖਾਣੇ ਤਾਂ ਆ ਜਾਓ, ਲਿਆਉਂਦਾ ਨਾ ਕੀ ਉਹ ਮੈਂ ਲੈ ਕੇ ਨਹੀਂ ਆ ਸਕਦਾ, ਹਾਂ ਅੰਬ ਕਹੂੰ ਤਾਂ ਲਿਆਊਂਗਾ, ਲੇਕਿਨ ਅੰਬ ਆ ਕੀ ਮਹਿੰਗੇ ਆ, ਅੰਬ ਦੇ ਬਗਾਤ ਜਿਹੜੇ ਨਾ ਆਪਣੇ ਦੋਸਤ ਨੇ ਲੈ ਲਏ ਆ, ਕਿਸੇ ਨੇ ਲੈਣੇ ਹੋਣ ਤਾਂ ਮੇਰਾ ਰਾਬਤਾ ਕਰ ਸਕਦਾ, ਆਪਾਂ ਲਿਆ ਸਕਦੇ, ਸਭ ਬਾਤ ਕਰੋਫਰ ਹੈਗੀ ਆ, ਮਿਲ ਵੀ ਤੁਹਾਡੀ 4-5, ਚੰਗਾ ਜੀ, ਅੱਲਾ ਹਾਫਿਜ਼।